ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ MSW Study4 ਚੌਦ ਵਿੱਚ। ਇੱਕ ਚੰਗੀ ਨਿਊਜ਼ ਲੈ ਕੇ ਆਏ ਔਰ ਖੁਸ਼ਖਬਰੀ ਵੀ ਹੈਗੀ ਹੈ, ਜੋ ਕਿ BEd ETT ਪਾਸ ਹੈਗੇ ਆ ਔਰ ETT BEd ਟੈਟ ਪਾਸ ਹੈਗੇ ਔਰ ਉਹਨਾਂ ਲਈ ਔਰ ਟੀਚਰ ਵੈਕੈਂਸੀ ਪੰਜਾਬ ਦੇ ਵਿੱਚ 5000 ਵੈਕੈਂਸੀ ਹੋਵੇਗੀ। ਔਰ ਪੂਰੀ ਜਾਣਕਾਰੀ ਕੀ ਹੈ ਉਸਦੀ, ਐਂਡ ਤੱਕ ਤੁਹਾਨੂੰ ਵੀਡੀਓ ਦੇ ਪਤਾ ਲੱਗ ਜਾਏਗਾ। ਔਰ ਜੋ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਗੱਲ ਕਰਦੇ ਹਾਂ ਇਸ ਨੋਟੀਫਿਕੇਸ਼ਨ ਦੀ, ਜੇਕਰ ਦੇਖਿਆ ਜਾਵੇ ਇਸ ਪੋਸਟ ਦੇ ਵਿੱਚ ਦੇਖ ਸਕਦੇ ਤੁਸੀਂ, ਜਿਹੜਾ ਸਿੱਖਿਆ ਮੰਤਰੀ ਬਜਿੰਦਰ ਸਿੰਗਲਾ ਦੀ ਜਿਹੜੀ ਕੋਠੀ ਅੱਗੇ ਜਿਹੜਾ ਧਰਨਾ ਚੱਲ ਰਿਹਾ ਸੀ ਬੇਰੁਜ਼ਗਾਰ ਟੀਚਰ ਦਾ, ਔਰ ਉਸ ਤੋਂ ਬਾਅਦ ਐਲਾਨ ਕਰ ਦਿੱਤਾ ਗਿਆ ਵੱਡਾ। ਤੁਸੀਂ ਦੇਖ ਸਕਦੇ ਹੋ ਇਹ ਧਰਨੇ ਦੀਆਂ ਤਸਵੀਰਾਂ ਹੈਗੀਆਂ ਨੇ, ਔਰ ਪ੍ਰਧਾਨ ਜਿਹੜੇ ਪ੍ਰਧਾਨ ਸਾਹਿਬ ਹੈਗੇ ਨੇ ਔਰ ਪੰਜਾਬ ਯੂਨੀਅਨ ਟੀਚਰ ਯੂਨੀਅਨ ਦੇ ਜਿਹੜੇ ਪ੍ਰਧਾਨ ਸਾਹਿਬ ਹੈਗੇ, ਉਹਨਾਂ ਦੁਆਰਾ ਜਿਹੜਾ ਸੰਘਰਸ਼ ਵਿੱਢਿਆ ਜਾ ਰਿਹਾ ਸੀ ਔਰ ਹੋਰ ਵੀ ਜਿਹੜੇ ਮੈਂਬਰਾਂ ਦਾ ਸਾਥ ਰਿਹਾ ਹੈ। ਔਰ ਇਸ ਸੰਘਰਸ਼ ਰਾਹੀਂ ਜਿਹੜਾ ਤੁਸੀਂ ਦੇਖ ਸਕਦੇ ਹੋ, ਔਰ ਬਜਿੰਦਰ ਸਿੰਗਲਾ ਦੁਆਰਾ ਜਿਹੜਾ ਕੁਝ ਸ਼ਰਤਾਂ ਜਿਹੜੀਆਂ ਮੰਨਣ ਗਈਆਂ ਨੇ ਔਰ ਪ੍ਰਵਾਨ ਕੀਤੀਆਂ ਗਈਆਂ ਨੇ, ਦੇਖ ਸਕਦੇ ਹੋ ਤੁਸੀਂ ਇਹ ਪੂਰਾ ਜਿਹੜਾ ਧਰਨੇ ਦਾ ਪ੍ਰੋਸੈਸ ਹੈਗਾ ਸੀ ਔਰ ਖਤਮ ਹੋ ਚੁੱਕਿਆ, ਮੁਲਤਵੀ ਕਰ ਦਿੱਤਾ ਗਿਆ। ਅਖਬਾਰ ਨਿਊਜ਼ ਵੀ ਤੁਹਾਨੂੰ ਦਿਖਾ ਦਿੰਦੇ ਔਰ ਕਿੰਨੀ ਪੋਸਟ ਦਾ ਐਲਾਨ ਕੀਤਾ ਗਿਆ, ਦੇਖ ਸਕਦੇ ਹੋ। ਇਹ ਆਪਣੇ ਮਾਣਯੋਗ ਜੋ ਸਿੱਖਿਆ ਮੰਤਰੀ ਬਜਿੰਦਰ ਸਿੰਗਲਾ ਹੈਗੇ ਨੇ ਔਰ ਇਹਨਾਂ ਦੇ ਪੰਜਾਬ ਜੂਨੀਅਰ ਟੀਚਰ ਦੇ ਜਿਹੜੇ ਪ੍ਰਧਾਨ ਹੈਗੇ ਨੇ, ਜਿਨ੍ਹਾਂ ਦੁਆਰਾ ਇਹ ਸੰਘਰਸ਼ ਨੂੰ ਵਿੱਢਿਆ ਗਿਆ ਸੀ। ਔਰ ਹੁਣ ਜਿਹੜਾ ਟੀਚਰਾਂ ਦੀ ਅਸਾਮੀ ਵਾਸਤੇ ਇਹਨਾਂ ਨੇ ਜਿਹੜੀ ਕੀ ਗੱਲ ਕਹੀ ਹੈ ਤੁਸੀਂ ਦੇਖ ਸਕਦੇ ਹੋ, ਮੈਂ ਤੁਹਾਨੂੰ ਦਿਖਾ ਦਿੰਦਾ ਇੱਕ ਅਖਬਾਰ ਕਟਿੰਗ ਨਿਊਜ਼ ਦੇ ਵਿੱਚ ਔਰ ਉਹਨਾਂ ਦੀ ਮੁਲਾਕਾਤ ਤੋਂ ਬਾਅਦ ਜਿਹੜੀ ਗੱਲ ਹੋਈ ਹੈ, ਦੇਖ ਸਕਦੇ ਹੋ ਸਿੱਖਿਆ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਜਿਹੜਾ ਸੰਘਰਸ਼ ਜਿਹੜਾ ਮੁਲਤਵੀ ਕੀਤਾ ਗਿਆ। ਔਰ ਇਸ ਦੇ ਬਾਅਦ ਤੁਸੀਂ ਦੇਖ ਸਕਦੇ ਹੋ 5000 ਜਿਹੜੀਆਂ ਟੀਚਰਾਂ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਜਿਹੜਾ ਜਲਦ ਹੀ ਜਾਰੀ ਹੋ ਜਾਏਗਾ। ਔਰ ਠੀਕ ਹੈ, 5000 ਅਸਾਮੀਆਂ ਟੀਚਰਾਂ ਦੀਆਂ ਜਿਹੜੀਆਂ ਮਸਟ ਗ੍ਰੇਡ ਹੋਵੇ, ਚਾਹੇ ETT ਹੋਵੇ, ਆਲ ਅਸਾਮੀਆਂ ਜਿਹੜੀਆਂ ਇੱਥੇ, ਜਿਸ ਦੇ ਵਿੱਚ ਆਰਟ ਐਂਡ ਕ੍ਰਾਫਟਸ ਦੇ ਜਿਹੜੇ ਟੀਚਰ ਵੀ ਰੱਖੇ ਜਾਣਗੇ। ਔਰ ਜਲਦ ਹੀ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਣ ਦੀ ਗੱਲ ਜਿਹੜੀ ਸਿੱਖਿਆ ਮੰਤਰੀ ਬਜਿੰਦਰ ਸਿੰਗਲਾ ਵੱਲੋਂ ਕਹੀ ਗਈ ਹੈ। ਇੱਥੇ ਕੋਈ ਇੰਨਾ ਵੀ ਆਸਾਨ ਨਹੀਂ ਹੈਗਾ, ਔਰ ਇੱਕ ਵਾਰ ਜਿਹੜਾ ਐਲਾਨ ਕੀਤਾ ਗਿਆ, ਪਰ ਸਾਨੂੰ ਲੋੜ ਹੈ ਸੰਘਰਸ਼ ਦੀ, ਅੱਗੇ ਸੰਘਰਸ਼ ਨੂੰ ਜਾਰੀ ਰੱਖਣਾ, ਔਰ ਜੋ ਵੀਰ ਅੱਗੇ ਹੈਗੇ ਨੇ ਔਰ ਉਹਨਾਂ ਦਾ ਸਾਥ ਦੇਣ ਦੀ ਲੋੜ ਹੈਗੀ ਹੈ। ਔਰ ਜਲਦ ਤੋਂ ਜਲਦ ਤਾਂ ਕਿ ਜਿਹੜੀਆਂ ਪੋਸਟਾਂ ਪੰਜਾਬ ਦੇ ਵਿੱਚ ਟੀਚਰ ਵੈਕੈਂਸੀ ਔਰ ਮਾਸਟਰ ਗ੍ਰੇਡਰ ਔਰ ETT ਅਧਿਆਪਕਾਂ ਦੀਆਂ ਨਿਕਲ ਜਾਣ, ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਉ ਤਾਂ ਕਿ ਪੂਰੇ ਪੰਜਾਬ ਦੇ ਵਿੱਚ ਫੈਲ ਜਾਵੇ। ਔਰ ਜਦੋਂ ਵੀ ਸਾਨੂੰ ਤਿੱਖੇ ਸੰਘਰਸ਼ ਕਰਨ ਦੀ ਲੋੜ ਪਵੇ ਤਾਂ ਵੱਧ ਤੋਂ ਵੱਧ ਜਿਹੜੇ ਵੀਰ ਇਸ ਧਰਨੇ ਦੇ ਵਿੱਚ ਸ਼ਾਮਿਲ ਹੋਣ, ਔਰ ਪੰਜਾਬ ਸਰਕਾਰ ਤੋਂ ਜਿਹੜਾ ਆਪਣੀਆਂ ਅਸਾਮੀਆਂ ਦੀ ਜਿਹੜੀ ਮੰਗ ਕੀਤੀ ਜਾਵੇ। ਹੁਣ 5000 ਅਸਾਮੀਆਂ ਜਿਹੜਾ ਵਾਅਦਾ ਕੀਤਾ ਹੈ ਉਹ ਕਿਤੇ ਪੰਜਾਬ ਸਰਕਾਰ ਦੁਆਰਾ ਮੁੱਕਰ ਨਾ ਜਾਵੇ, ਔਰ ਇਸੇ ਲਈ ਇਸ ਸੰਘਰਸ਼ ਨੂੰ ਜਿਹੜਾ ਹਲੇ ਵੀ ਜਿਹੜਾ ਵਿੱਢ ਕੇ ਰੱਖਣ ਦੀ ਲੋੜ ਆ, ਔਰ ਸੰਘਰਸ਼ ਕਦੇ ਵੀ ਨਹੀਂ ਛੱਡਣਾ ਚਾਹੀਦਾ। ਠੀਕ ਹੈ ਜੀ, ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਉ ਤਾਂ ਕਿ ਜੋ ਪ੍ਰਧਾਨ ਸਾਹਿਬ ਹੈਗੇ ਆ ਆਪਣੇ ਪੰਜਾਬ ਯੂਨੀਅਨ ਟੀਚਰ ਦੇ, ਤਾਂ ਕਿ ਉਹਨਾਂ ਦਾ ਸਾਥ ਦਿੱਤਾ ਜਾਵੇ, ਔਰ ਜਿੰਨੇ ਵੀ ਯੂਨੀਅਨ ਟੀਚਰ ਦੇ ਕਮੇਟੀ ਮੈਂਬਰ ਹੈਗੇ ਉਹਨਾਂ ਦਾ ਸਾਥ ਦਿੱਤਾ ਜਾਵੇ, ਔਰ ਵੱਧ ਤੋਂ ਵੱਧ ਸ਼ੇਅਰ ਕਰ ਦਿਉ ਜੀ। ਜਦੋਂ ਵੀ ਅਫੀਸ਼ੀਅਲ ਨੋਟੀਫਿਕੇਸ਼ਨ ਜਾਰੀ ਹੋਏਗਾ 5000 ਟੀਚਰ ਵੈਕੈਂਸੀ ਦਾ, ਸਭ ਤੋਂ ਪਹਿਲਾਂ ਅਸੀਂ ਤੁਹਾਡੇ ਲਈ ਲੈ ਕੇ ਆਵਾਂਗੇ। ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਜਦੋਂ ਵੀ ਸਟੱਡੀ ਨਾਲ ਸੰਬੰਧ ਔਰ ਜੋਬ ਨਾਲ ਸੰਬੰਧ ਕੋਈ ਵੀ ਨਵਾਂ ਨੋਟੀਫਿਕੇਸ਼ਨ ਆਵੇ, ਤੁਸੀਂ ਬੈਲ ਆਈਕਨ ਦਾ ਜਿਹੜਾ ਬਟਨ ਉਸ ਨੂੰ ਜ਼ਰੂਰ ਦਬਾ ਲਿਓ ਤਾਂ ਕਿ ਜਦੋਂ ਵੀ ਨਵਾਂ ਨੋਟੀਫਿਕੇਸ਼ਨ ਆਉਂਦਾ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ। ਥੈਂਕ ਯੂ ਸੋ ਮਚ, ਟੇਕ ਕੇਅਰ, ਬਾਏ ਬਾਏ, ਗੁੱਡ ਨਾਈਟ।